ਕੋਰੋਨਾ ਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ। ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਮਹਿੰਗਾ ਹੋਇਆ ਹੈ। ਐਂਬੂਲੈਂਸ ਚਾਰਜ 5 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 15 ਰੁਪਏ ਪ੍ਰਤੀ ਕਿਲੋਮੀਟਰ ਵਸੂਲਿਆ ਜਾਵੇਗਾ। ਓਪੀਡੀ ਰਜਿਸਟ੍ਰੇਸ਼ਨ ਫੀਸ 5 ਰੁਪਏ ਤੋਂ ਵਧਾ ਕੇ 10 ਰੁਪਏ ਕੀਤੀ ਗਈ ਹੈ। ਭਰਤੀ ਲਈ ਹੁਣ 25 ਰੁਪਏ ਦੀ ਥਾਂ 40 ਰੁਪਏ ਦੇਣੇ ਹੋਣਗੇ। ਮਾਈਨਰ ਸਰਜਰੀ ਲਈ 100 ਰੁਪਏ ਦੀ ਥਾਂ ਹੁਣ 250 ਰੁਪਏ ਫੀਸ ਵਸੂਲੀ ਜਾਵੇਗੀ। ਮੇਜਰ ਸਰਜਰੀ ਲਈ ਹੁਣ 750 ਦੀ ਥਾਂ 1200 ਰੁਪਏ ਦੀ ਫੀਸ ਲਈ ਜਾਵੇਗੀ। ਤਾਂ ਇੱਕ ਹੋਰ ਝਟਕਾ ਮਹਿੰਗਾਈ ਦਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨੂੰ, ਜਿੱਥੇ ਲਗਾਤਾਰ ਇਸ ਮਹਾਮਾਰੀ ਦੌਰਾਨ ਆਰਥਿਕ ਤੌਰ ਤੇ ਲੋਕਾਂ ਤੇ ਬੋਝ ਵਧਿਆ ਤੇ ਲੋਕ ਲਗਾਤਾਰ ਇਹੀ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਰਾਹਤ ਦਿੱਤੀ ਜਾਵੇ ਆਰਥਿਕ ਤੌਰ ਤੇ ਮੈਡੀਕਲ ਫੈਸਿਲਿਟੀਜ਼ ਨੂੰ ਲੈ ਕੇ। ਪਰ ਇਸ ਵਿਚਕਾਰ ਇੱਕ ਹੋਰ ਫਰਮਾਨ ਕੈਪਟਨ ਸਰਕਾਰ ਵੱਲੋਂ ਜਾਰੀ ਕੀਤਾ ਗਿਆ, ਜਿਸ ਤੋਂ ਬਾਅਦ ਜ਼ਾਹਿਰ ਤੌਰ ਤੇ ਲੋਕਾਂ ਦੀਆਂ ਮੁਸ਼ਕਲਾਂ ਵਧਣਗੀਆਂ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਵੀ ਸਰਕਾਰ ਦੇ ਫਰਮਾਨ ਦੀ ਨਿਖੇਧੀ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਦੀ ਵੀ ਗੱਲ ਆਖੀ ਜਾ ਰਹੀ ਹੈ। ਪਰ ਫਿਲਹਾਲ ਪੰਜਾਬ ਦੀ ਜਨਤਾ ਜ਼ਰੂਰ ਮਾਯੂਸ ਹੈ, ਕਿਉਂਕਿ ਲਗਾਤਾਰ ਸਰਕਾਰ ਤੋਂ ਉਮੀਦ ਕੀਤੀ ਜਾ ਰਹੀ ਹੈ ਰਾਹਤ ਦੀ, ਪਰ ਇੱਕ ਹੋਰ ਝਟਕਾ ਪੰਜਾਬ ਸਰਕਾਰ ਦਾ ਪੰਜਾਬ ਦੀ ਜਨਤਾ ਨੂੰ। ਤਾਂ ਐਂਬੂਲੈਂਸ 15 ਰੁਪਏ ਪ੍ਰਤੀ ਕਿਲੋਮੀਟਰ ਹੁਣ ਫੀਸ ਵਧੀ ਹੈ ਅਤੇ ਪੁਰਾਣੀ ਫੀਸ ਸੀ 5 ਰੁਪਏ ਪ੍ਰਤੀ ਕਿਲੋਮੀਟਰ। ਓਪੀਡੀ ਰਜਿਸਟ੍ਰੇਸ਼ਨ ਦੀ ਫੀਸ ਜੋ ਵਧੀ ਹੈ ਹੁਣ ਉਹ 10 ਰੁਪਏ ਕੀਤੀ ਗਈ ਹੈ। ਪਹਿਲਾਂ ਇਹ ਪੁਰਾਣੀ ਫੀਸ 5 ਰੁਪਏ ਸੀ। ਇਸੇ ਤਰ੍ਹਾਂ ਦੇ ਨਾਲ ਐਡਮਿਸ਼ਨ ਫੀਸ ਵੱਧ ਕੇ 40 ਰੁਪਏ ਹੋ ਚੁੱਕੀ ਹੈ, ਜੋ ਕਿ ਪੁਰਾਣੀ ਫੀਸ 25 ਰੁਪਏ ਸੀ। ਇਸ ਤੋਂ ਇਲਾਵਾ ਬੈੱਡ ਜਨਰਲ ਵਾਰਡ ਦੀ ਫੀਸ 40 ਰੁਪਏ ਵਧਾਈ ਗਈ ਹੈ, ਜੋ ਕਿ ਪਹਿਲਾਂ 30 ਰੁਪਏ ਤੈਅ ਕੀਤੀ ਗਈ ਸੀ। ਪੰਜਾਬ ਦੀ ਜਨਤਾ ਨੂੰ ਜ਼ਰੂਰ ਇਹ ਝਟਕਾ ਦਿੱਤਾ ਗਿਆ। ਮਾਈਨਰ ਸਰਜਰੀ ਦੀ ਫੀਸ ਵਧਾ ਕੇ 250 ਰੁਪਏ ਕੀਤੀ ਗਈ ਹੈ, ਜੋ ਪਹਿਲਾਂ 100 ਰੁਪਏ ਸੀ। ਇਸੇ ਤਰ੍ਹਾਂ ਮੇਜਰ ਸਰਜਰੀ ਦੀ ਫੀਸ 1200 ਰੁਪਏ ਕੀਤੀ ਗਈ ਹੈ, ਜੋ ਕਿ ਪਹਿਲਾਂ 750 ਰੁਪਏ ਸੀ। ਤਾਂ ਜ਼ਾਹਿਰ ਤੌਰ 'ਤੇ ਪੰਜਾਬ ਦੀ ਜਨਤਾ ਦੇ ਵਿੱਚ ਹੁਣ ਇਹੀ ਲਗਾਤਾਰ ਸਵਾਲ ਉੱਠ ਰਿਹਾ ਹੈ ਕਿ ਆਖਿਰਕਾਰ ਸਰਕਾਰ ਤੋਂ ਰਾਹਤ ਦੀ ਉਮੀਦ ਕਰ ਰਹੇ ਨੇ, ਪਰ ਦੂਜੇ ਪਾਸੇ ਸਰਕਾਰ ਉਹਨਾਂ ਨੂੰ ਝਟਕਾ ਦੇ ਰਹੀ ਹੈ ਮੈਡੀਕਲ ਫੈਸਿਲਿਟੀਜ਼ ਨੂੰ ਲੈ ਕੇ। ਤਰਲੋਚਨ ਜੀ ਮੇਰੇ ਸਹਿਯੋਗੀ ਹੋਰ ਜਾਣਕਾਰੀ ਦੇ ਨਾਲ ਬਣ ਗਏ ਨੇ। ਤਾਂ ਤਰਲੋਚਨ ਜੀ, ਇਸ ਮਹਾਮਾਰੀ ਦੌਰਾਨ ਆਰਥਿਕ ਤੌਰ 'ਤੇ ਲੋਕਾਂ 'ਤੇ ਬੋਝ ਵਧਿਆ ਹੈ, ਆਰਥਿਕ ਮਜ਼ਬੂਤੀ ਦੇ ਨਾਲ ਨਾਲ ਮੈਡੀਕਲ ਫੈਸਿਲਿਟੀਜ਼ ਨੂੰ ਲੈ ਕੇ ਵੀ ਸਰਕਾਰ ਤੋਂ ਰਾਹਤ ਦੀ ਉਮੀਦ ਪੰਜਾਬ ਦੀ ਜਨਤਾ ਕਰ ਰਹੀ ਹੈ, ਪਰ ਦੂਜੇ ਪਾਸੇ ਸਰਕਾਰ ਦਾ ਇੱਕ ਹੋਰ ਝਟਕਾ ਜਿਸ ਦੀ ਹੁਣ ਵਿਰੋਧੀ ਵੀ ਨਿਖੇਧੀ ਕਰ ਰਹੇ ਨੇ। ਬਿਲਕੁਲ ਜੀ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ, ਜਿਹਦੇ ਵਿੱਚ ਬੜਾ ਸਾਫ਼ ਕਿਹਾ ਗਿਆ ਕਿ ਪੰਜਾਬ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਜਿਹੜੇ ਕਾਰਪੋਰੇਸ਼ਨ ਅਧੀਨ ਹਸਪਤਾਲ ਆਉਂਦੇ ਨੇ ਸੂਬੇ ਦੇ, ਉਹਨਾਂ ਵਿੱਚ ਮਰੀਜ਼ਾਂ ਲਈ ਜਿਹੜੀ ਆ ਪਹਿਲਾਂ ਨਿਰਧਾਰਿਤ ਫੀਸਾਂ ਸੀ ਉਹਨਾਂ ਵਿੱਚ ਵਾਧਾ ਕੀਤਾ ਗਿਆ, ਔਰ ਇਹ ਵਾਧਾ ਜਿਹੜਾ ਹੈ ਪਰਸੋਂ ਭਾਵ 1 ਸਤੰਬਰ ਤੋਂ ਸਾਰੇ ਪੰਜਾਬ ਦੇ ਹਸਪਤਾਲਾਂ ਵਿੱਚ ਲਾਗੂ ਹੋ ਜਾਏਗਾ। ਔਰ ਇਹਦੇ ਸੰਬੰਧ ਵਿੱਚ ਬਕਾਇਦਾ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਸਾਰੇ ਸਿਵਲ ਸਰਜਨਾਂ ਨੂੰ ਤੇ ਹੋਰ ਹਸਪਤਾਲਾਂ ਦੇ ਜਿਹੜੇ ਅਧਿਕਾਰੀ ਨੇ ਵੀ 1 ਸਤੰਬਰ ਤੋਂ ਨਵੀਆਂ ਫੀਸਾਂ ਜਿਹੜੀਆਂ ਲਈਆਂ ਜਾਣ। ਦਰਅਸਲ ਮਹਾਮਾਰੀ ਦੌਰਾਨ ਪਹਿਲਾਂ ਹੀ ਕੋਵਿਡ ਦੇ ਮਰੀਜ਼ ਤੇ ਪਰੇਸ਼ਾਨ ਹੈ ਹੀ ਨੇ, ਜਿਹੜੇ ਦੂਸਰੀਆਂ ਬਿਮਾਰੀਆਂ ਦੇ ਮਰੀਜ਼ ਨੇ ਉਹ ਵੀ ਬੜੇ ਪਰੇਸ਼ਾਨ ਨੇ, ਕਿਉਂਕਿ ਕੋਵਿਡ ਕਾਰਨ ਹਸਪਤਾਲਾਂ ਵਿੱਚ ਉਹਨਾਂ ਦਾ ਪ੍ਰੋਪਰ ਇਲਾਜ ਨਹੀਂ ਹੋ ਰਿਹਾ, ਔਰ ਉੱਪਰੋਂ ਇਹ ਫੀਸਾਂ ਵਧਾਉਣ ਦਾ ਫੈਸਲਾ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਿਹਾ। ਜਿਵੇਂ ਇਹਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਆਈਸੀਯੂ 'ਚ ਮਰੀਜ਼ ਪਹਿਲਾਂ ਰਹਿੰਦਾ ਸੀ ਉਹਨੂੰ 1 ਦਿਨ ਵਿੱਚ 150 ਰੁਪਏ ਦੇਣੇ ਪੈਂਦੇ ਸੀ, ਪਰ ਹੁਣ ਉਹਨੂੰ 500 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ ਜੇ ਕਿਸੇ ਨੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੀ ਦੇਹ ਲਾਸ਼ ਜਿਹੜੀ ਹੈ ਹਸਪਤਾਲ ਦੀ ਮੋਰਚਰੀ 'ਚ ਮੁਰਦਾ ਘਰ 'ਚ ਰੱਖਣੀ ਤੇ ਉਹਨੂੰ 100 ਰੁਪਇਆ ਪ੍ਰਤੀ ਦੇਹ ਉਹਦਾ ਫੀਸ ਕਹਿ ਲਓ, ਕਿਰਾਇਆ ਕਹਿ ਲਓ, ਉਹ ਵੀ ਦੇਣਾ ਪਏਗਾ। ਇਸੇ ਤਰ੍ਹਾਂ ਐਕਸਰੇ, ECG ਤੇ ਹੋਰ ਏਦਾਂ ਦੇ ਜਿਹੜੇ ਆਈਟਮ ਨੇ ਮੈਡੀਕਲ, ਉਹਨਾਂ ਸਾਰਿਆਂ ਦੀਆਂ ਫੀਸਾਂ 'ਚ ਕਿਸੇ ਨਾ ਕਿਸੇ ਰੂਪ ਵਿੱਚ ਵਾਧਾ ਕੀਤਾ ਗਿਆ। ਸੋ ਇਸ ਵਾਧੇ ਨਾਲ ਵਿਰੋਧੀਆਂ ਨੇ ਤੇ ਕੁਦਰਤੀ ਇਸਦਾ ਵਿਰੋਧ ਕਰਨਾ ਹੀ ਹੈ, ਪਰ ਆਮ ਲੋਕਾਂ ਵਿੱਚ ਵੀ ਬੜੀ ਇਹ ਚਰਚਾ ਚੱਲ ਪਈ ਹੈ ਕਿ ਮਹਾਮਾਰੀ ਦੌਰਾਨ ਸਰਕਾਰ ਵੱਲੋਂ ਲੋਕਾਂ ਨੂੰ ਖਾਸ ਕਰਕੇ ਸਿਹਤ ਸੰਬੰਧੀ ਸਹੂਲਤਾਂ ਸੰਬੰਧੀ ਕੋਈ ਰਾਹਤਾਂ ਦੇਣ ਦੇ ਉਲਟ ਜਿਹੜਾ ਫੀਸਾਂ ਵਿੱਚ ਵਾਧਾ ਕਰਨਾ, ਇਹ ਬਿਲਕੁਲ। ਤਾਂ ਕੈਪਟਨ ਸਰਕਾਰ ਦੇ ਫੈਸਲੇ ਤੋਂ ਬਾਅਦ ਨਾ ਸਿਰਫ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ, ਪਰ ਲੋਕਾਂ ਵੱਲੋਂ ਵੀ ਨਾਰਾਜ਼ਗੀ ਜ਼ਰੂਰ ਜ਼ਾਹਿਰ ਕੀਤੀ ਜਾ ਰਹੀ ਹੈ। ਪਰ ਬਹਰਹਾਲ 1 ਸਤੰਬਰ ਤੋਂ ਇਹ ਫਰਮਾਨ ਜੋ ਜਾਰੀ ਕੀਤਾ ਗਿਆ ਉਹ ਲਾਗੂ ਹੋ ਜਾਏਗਾ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ। ਧੰਨਵਾਦ ਤਮਾਮ ਗੱਲਬਾਤ ਲਈ।